ਹਾਂਜੀ ਵਾਈਗੁਰ ਜੀ ਦਾ ਖਾਲਸਾ ਵਾਈਗੁਰ ਜੀ ਕੀ ਫਤਿਹ ਆ ਤੁਹਾਡਾ ਆਪਣਾ ਵੀਰ ਗਗਨ ਮੁਸਾਫਰ ਬਣਨ ਤੋਂ ਤੁਸੀਂ ਬਹੁਤ ਸਾਰਾ ਪਿਆਰ ਦਿੰਦੇ ਹੋ ਮੁਸਾਫਰਵਾਲ ਨੂੰ ਤੇ ਮੈਨੂੰ ਵੀ ਤੁਹਾਡਾ ਬਹੁਤ ਹੀ ਦਿਲੋਂ ਧੰਨਵਾਦ ਹੈ ਇਸ ਦੇ ਲਈ ਤੇ ਅੱਜ ਬਹੁਤ ਹੀ ਜ਼ਿਆਦਾ ਵੀਰਾਂ ਦੇ ਕਈ ਮਤਲਬ ਸਵਾਲ ਆ ਰਹੇ ਸੀ ਕਿ ਬਹੁਤ ਜ਼ਿਆਦਾ ਪੁੱਛ ਰਹੇ ਸੀ ਵੀ ਕਈ ਵੀਰ ਆਇਲਰਸ ਨਹੀਂ ਜਿਨ੍ਹਾਂ ਨੇ ਕੀਤੀ ਹੁੰਦੀ ਵਿਦਆਊਟ ਆਇਲਰਸ ਵੀ ਸਾਨੂੰ ਕੋਈ ਮਤਲਬ ਇਦਾਂ ਦੀ ਕੰਟਰੀ ਦੱਸੋ ਜਾਂਾ ਦੱਸੋ ਵੀ ਜਿਹਦੇ ਵਿੱਚ ਅਸੀਂ ਘੱਟ ਪੈਸਿਆਂ ਦੇ ਵਿੱਚ ਜਾ ਸਕੀਏ ਤੇ ਸਾਨੂੰ ਉੱਥੇ ਮਤਲਬ ਪੜ੍ਹਾਈ ਦੇ ਨਾਲ ਨਾਲ ਜਿਹੜਾ ਕੰਮ ਕਰਨਾ ਵੀ ਅਲੋਅ ਕਰਦ ਮਿਲੇ ਤੇ ਕਈ ਬ੍ਰਦਰ ਇਦਾਂ ਦੇ ਵੀ ਸੀ ਜਿਹੜੇ 10th ਪਾਸ ਹੁੰਦੇ ਸੀ ਵੀ ਅਸੀਂ 10th ਪਾਸ ਤੋਂ ਬਾਅਦ ਸਾਨੂੰ ਕੋਈ ਦੱਸ ਦੋ ਵੀ ਅਸੀਂ ਬਾਹਰ ਜਾ ਸਕੀਏ ਵੀ ਆਪਣਾ ਬਾਹਰ ਜਾਣ ਦਾ ਜਿਹੜਾ ਸੁਪਨਾ ਪੂਰਾ ਕਰ ਸਕੀਏ ਸੋ ਅੱਜ ਅਸੀਂ ਲੈ ਕੇ ਆਏ ਹਾਂ ਉਹਨਾਂ ਵੀਰਾਂ ਦੀ ਸਿੰਗਾਪੁਰ ਲਈ ਸਟੱਡੀ ਵੀਜ਼ਾ ਸਿੰਗਾਪੁਰ ਦਾ ਸਟੱਡੀ ਵੀਜ਼ਾ ਲੈ ਕੇ ਆਏ ਆ ਜਿਹੜੇ ਵੀਰ 10ਵੀਂ ਪਾਸ ਆ ਪਲੱਸ 2 ਪਾਸ ਆ ਜਿਨ੍ਹਾਂ ਨੇ ਐਲਰਟ ਨਹੀਂ ਕੀਤੀ ਹੋਈ 10 ਸਾਲ ਦਾ ਗੈਪ ਆ 15 ਸਾਲ ਦਾ ਗੈਪ ਆ ਕੋਈ ਦਿੱਕਤ ਨਹੀਂ 15 ਸਾਲ ਦਾ ਗੈਪ ਵੀ ਚੱਲੂਗਾ ਤੋਂ ਆਪਣਾ ਸੁਪਨਾ ਜਿਹੜਾ ਸਕਾਰ ਕਰ ਸਕਦੇ ਨੇ ਹੁਣ ਉਹ ਬਾਰ ਸਟਡੀ ਵੀਜ਼ੇ ਤੇ ਜਾ ਸਕਦੇ ਨੇ ਸਿਰਫ ਚਾਹੀਦਾ ਕਿ ਦਸਵੀਂ ਦਾ ਸਰਟੀਫਿਕੇਟ ਚਾਹੀਦਾ ਤੇ ਉਹਦੇ ਵਿੱਚ ਇੰਗਲਿਸ਼ ਦੇ ਵਿੱਚੋਂ ਪਾਸ ਹੋਣਾ ਚਾਹੀਦਾ ਜ਼ਰੂਰੀ ਬਸ ਇਹ ਕੰਡੀਸ਼ਨ ਆ ਵੀ ਇੰਗਲਿਸ਼ ਦੇ ਵਿੱਚ ਪਾਸ ਹੋਣਾ ਜ਼ਰੂਰੀ ਹੈ ਆਪਣੀ ਆਫਰ ਲੈਟਰ ਆਪਾਂ ਮਗਾ ਕੇ ਤਾਂ ਆਪਾਂ ਜਿਹੜਾ ਪ੍ਰੋਸੈਸ ਉਹਨਾਂ ਦਾ ਸ਼ੁਰੂ ਕਰ ਸਕਦੇ ਆ ਠੀਕ ਆ ਨਾ ਇਹਦੇ ਵਿੱਚ 6 ਮੰਥ ਦੀ ਸਟੱਡੀ ਹੋਊਗੀ ਤੇ 6 ਮੰਥ ਦਾ ਜਿਹੜਾ ਆਪਣਾ ਵਰਕ ਪਰਮਿਟ ਹੋਊਗਾ ਠੀਕ ਆ ਨਾ ਤੇ ਇਹਦੇ ਵਿੱਚ ਆਪਾਂ ਸਟੱਡੀ ਦੇ ਦੌਰਾਨ ਵੀ ਜਿਹੜਾ ਮਤਲਬ ਵਰਕ ਕਰ ਸਕਦੇ ਆ ਪਰ ਸੋ ਥੋੜੀਆਂ ਜਿਹੀਆਂ ਕੰਡੀਸ਼ਨਸ ਜਿਹੜੀਆਂ ਉਹ ਲਾਗੂ ਹੋਣਗੀਆਂ ਠੀਕ ਹੈ ਨਾ ਆਪਾਂ ਨੂੰ ਪੂਰੀਆਂ ਕਰਨ ਪੈਣੀਆਂ ਪੈਣਗੀਆਂ ਉਸ ਤੋਂ ਬਾਅਦ ਜਦੋਂ ਆਪਣੀ ਸਟੱਡੀ ਕੰਪਲੀਟ ਹੁੰਦੀ ਹੈ ਤਾਂ ਉਹ ਯੂਨੀਵਰਸਿਟੀ ਨੇ ਹੀ ਆਪਾਂ ਨੂੰ ਜਿਹੜਾ ਵਰਕ ਉੱਥੇ ਲੈ ਕੇ ਦੇਣਾ ਠੀਕ ਹੈ ਨਾ ਉਹ ਸਾਰੀ ਜ਼ਿੰਮੇਵਾਰੀ ਯੂਨੀਵਰਸਿਟੀ ਦੀ ਬਣਦੀ ਹੈ ਠੀਕ ਹੈ ਨਾ ਯੂਨੀਵਰਸਿਟੀ ਆਪਾਂ ਨੂੰ ਵਰਕ ਜਿਹੜਾ ਉੱਥੇ ਦਿਵਾਊਗੀ ਠੀਕ ਹੈ ਨਾ ਉਹਦੇ ਵਿੱਚ ਸਾਰੀ ਹੈਲਪ ਜਿਹੜੀ ਆਪਣੀ ਯੂਨੀਵਰਸਿਟੀ ਕਰੂਗੀ ਉਹਦਾ ਵੀ ਇਨ ਕੇਸ ਵਾਂਗ ਕੋਈ ਉੱਥੇ ਆਪਾਂ ਨੂੰ ਦਿੱਕਤ ਪਰੇਸ਼ਾਨੀ ਹੁੰਦੀ ਹੈ ਰਹਿਣ ਦੇ ਵੱਲੋਂ ਕੋਈ ਮੰਨ ਲਓ ਸਟੂਡੈਂਟਸ ਨੂੰ ਕਈਆਂ ਨੂੰ ਰਹਿਣ ਦੀ ਦਿੱਕਤ ਆਉਂਦੀ ਵੀ ਸਾਰਾ ਸੀ ਨਵੇਂ ਜਾ ਰਹੇ ਆ ਸਾਨੂੰ ਕੋਈ ਸੰਭਾਲਣ ਵਾਲਾ ਨਹੀਂ ਹੈਗਾ ਤਾਂ ਉਹ ਯੂਨੀਵਰਸਿਟੀ ਜਿਹੜਾ ਉਹ ਸਟੂਡੈਂਟ ਦਾ ਰਹਿਣ ਦਾ ਵੀ ਪ੍ਰਬੰਧ ਕਰੂਗੀ ਇਹਦੇ ਵਿੱਚ ਡਿਪਲੋਮਾ ਇਨ ਹੋਸਪਿਟੈਲਿਟੀ ਐਂਡ ਟੂਰਿਜ਼ਮ ਮੈਨੇਜਮੈਂਟ ਦਾ ਡਿਪਲੋਮਾ ਵੀ ਹੈਗਾ 6 ਮੰਥ ਦਾ ਤੇ ਇਹ ਡਿਪਲੋਮਾ ਇਨ ਡਿਟੇਲ ਐਂਡ ਸੇਲਸ ਮੈਨੇਜਮੈਂਟ ਦਾ ਵੀ ਇਹਦੇ ਵਿੱਚ ਡਿਪਲੋਮਾ ਹੈਗਾ ਇਹਦੇ ਵਿੱਚ ਸਭ ਤੋਂ ਵਧੀਆ ਗੱਲ ਇਹ ਆ ਕਿ ਕੋਈ ਫੰਡ ਵਗੈਰਾ ਸ਼ੋ ਨਹੀਂ ਕਰਨਾ ਪੈਣਾ ਕੋਈ ਇੰਟਰਵਿਊ ਨਹੀਂ ਹੋਣੀ ਆਪਣੀ ਗੈਪ ਜਿਹੜਾ 10 ਤੋਂ 12 ਸਾਲ ਦਾ ਵੀ ਚੱਲੂਗਾ 10ਵੀਂ ਪਾਸ ਵੀ ਚੱਲੂਗਾ ਠੀਕ ਹੈ ਨਾ 10ਵੀਂ ਪਾਸ ਵੀ ਆਪਾਂ ਇੱਥੋਂ ਜਾ ਸਕਦੇ ਆ ਇਹ ਸਭ ਤੋਂ ਵੱਡਾ ਵਾਅਦਾ ਏ ਆਪਾਂ ਨੂੰ ਤੇ ਜਿਹੜੀ ਫੀਸ ਆ ਬਹੁਤ ਹੀ ਘੱਟ ਮਤਲਬ ਜਿਹੜੀ ਇਹਦੇ ਵਿੱਚ ਫੀਸ ਆ ਸਿਰਫ ਆਪਾਂ ਪਹਿਲਾ ਜਿਹੜੀ ਫੀਸ ਪੇ ਕਰਨੀ ਮਤਲਬ ਸੋਰੀ ਆਫਟਰ ਵੀਜ਼ਾ ਜਿਹੜੀ ਫੀਸ ਪੇ ਕਰਨੀ ਹੈ ਉਹ ਸਾਰੀ 5600 ਡਾਲਰ ਸਿੰਗਾਪੁਰ ਡਾਲਰ ਬਣਦੀ ਹੈ ਉਹ ਬਹੁਤ ਹੀ ਘੱਟ ਫੀਸ ਆ ਆਪਾਂ ਘੱਟ ਫੀਸ ਦੇ ਵਿੱਚ ਉੱਥੇ ਜਾ ਕੇ ਪੜ ਸਕਦੇ ਆ ਵਰਕ ਕਰ ਸਕਦੇ ਆ ਠੀਕ ਹੈ ਨਾ ਮੇਨ ਗੱਲ ਆ ਵੀ ਆਪਾਂ ਨੂੰ ਯੂਨੀਵਰਸਿਟੀ ਜਿਹੜੀ ਉਹ ਵਰਕ ਉੱਥੇ ਦਿਵਾ ਰਹੀ ਆ ਠੀਕ ਹੈ ਨਾ ਆਪਾਂ ਨੂੰ ਕਿਸੇ ਵੀ ਤਰ੍ਹਾਂ ਦੀ ਉਥੇ ਮੁਸ਼ਕਲ ਦਾ ਸਾਹਮਣਾ ਨਹੀਂ ਕਰਨਾ ਪਊਗਾ ਉਥੇ ਜਾ ਕੇ ਫਿਰ ਉਥੇ ਪਾਥਵੇ ਪ੍ਰੋਗਰਾਮ ਵੀ ਹੈਗੇ ਆ ਵੀ ਆਪਾ ਸਿੰਗਾਪੁਰ ਦੇ ਵਿੱਚ ਪੜਨ ਦੇ ਨਾਲ ਨਾਲ ਅੱਗੇ ਪਾਥਵੇ ਹੋਰ ਕਿਸੇ ਅਦਰ ਕੰਟਰੀ ਦੇ ਵਿੱਚ ਵੀ ਜਾ ਕੇ ਸੈਟਲ ਹੋ ਸਕਦੇ ਉਥੋਂ ਆਪਾਂ ਯੂਰਪ ਨੂੰ ਹੋ ਸਕਦੇ ਆ ਆਸਟ੍ਰੇਲੀਆ ਨੂੰ ਹੋ ਸਕਦੇ ਆ ਹੋਰ ਵੀ ਕਈ ਕੰਟਰੀਆਂ ਦੇ ਜਿਹੜੇ ਉਥੋਂ ਰਸਤੇ ਜਿਹੜੇ ਖੁੱਲ ਜਾਂਦੇ ਆ ਵੀ ਸਿੰਗਾਪੁਰ ਬਤਲਬ ਕਾਫੀ ਵਧੀਆ ਕੰਟਰੀ ਹੈ ਅੱਜ ਡਾਲਰ ਰੇਟ ਦੀ ਗੱਲ ਕਰੀਏ ਤਾਂ ਉਹਦਾ ਵੀ ਕੈਨੇਡਾ ਦੇ ਮੁਕਾਬਲੇ ਡਾਲਰ ਰੇਟ ਜਿਹੜਾ ਹੈਗਾ ਉਹਦਾ ਵੀ ਫਲ ਮਤਲਬ 61 62 ਤੇ ਫਲਕਚੁਏਸ਼ਨ ਜਿਹੜਾ ਕਰਦਾ ਰਹਿੰਦਾ ਆਲਮੋਸਟ ਉਹਦੇ ਬਰਾਬਰ ਹੀ ਰਹਿੰਦਾ ਠੀਕ ਆ ਨਾ ਇਸ ਤੋਂ ਇਲਾਵਾ ਅ ਕਈ ਬ੍ਰਦਰ ਕਹਿੰਦੇ ਆ ਵੀ ਮੰਨ ਲਓ ਅਸੀਂ ਮਤਲਬ ਗ੍ਰੈਜੂਏਸ਼ਨ ਜਾਂ ਗ੍ਰੈਜੂਏਸ਼ਨ ਕਰਨੀ ਹੈ ਉੱਥੇ ਜਾ ਕੇ ਜਾਂ ਐਮਬੀਏ ਵਗੈਰਾ ਕਰਨੀ ਹੈ ਤਾਂ ਉਹ ਵੀ ਅਵੇਲੇਬਲ ਹੈਗੀ ਉੱਥੇ ਉਹ ਵੀ ਮਤਲਬ ਉੱਥੇ ਜਾ ਕੇ ਮਤਲਬ ਇਹ ਪੜ੍ਹ ਸਕਦੇ ਨੇ ਵੀ ਆਪਾਂ ਜ਼ਰੂਰੀ ਨਹੀਂ ਵੀ ਆਪਾਂ ਐਮਬੀਏ ਲਈ ਜਾਂ ਗ੍ਰੈਜੂਏਸ਼ਨ ਲਈ ਆਪਾਂ ਕੈਨੇਡਾ ਜਾਂ ਆਸਟ੍ਰੇਲੀਆ ਹੀ ਕਰਨੀ ਹੈ ਤਾਂ ਸਿੰਗapore ਵੀ ਆਪਣੇ ਕੋ ਇੱਕ ਮਤਲਬ ਸਾਈਡ ਬਾਈ ਸਾਈਡ ਇੱਕ ਰਸਤਾ ਹੈਗਾ ਆਪਾਂ ਸਿੰਗਾਪੁਰ ਜਾ ਕੇ ਵੀ ਇਹ ਚੀਜ਼ਾਂ ਕਰ ਸਕਦੇ ਆ ਤੇ ਨਾਲੇ ਬਹੁਤ ਹੀ ਘੱਟ ਫੀਸ ਦੇ ਨਾਲ ਤੇ ਲਿਵਿੰਗ ਦੀ ਗੱਲ ਕਰੀਏ ਲਿਵਿੰਗ ਕੋਸਟ ਤੇ ਜੇ ਫੂਡ ਦੀ ਗੱਲ ਕਰੀਏ ਤਾਂ ਉਹ ਉੱਥੇ ਆਲਮੋਸਟ ਮੰਥਲੀ 4400 ਤੋਂ 500 ਡਾਲਰ ਦੇ ਵਿੱਚ ਸਿੰਗਾਪੁਰ ਦੇ ਵਿੱਚ ਸਾਰਾ ਮੈਨੇਜ ਹੋ ਜਾਂਦਾ ਤੇ ਗੱਲ ਕਰੀਏ ਆਪਾਂ ਸੈਲਰੀ ਦੀ ਤਾਂ ਜਿਹੜੀ ਆਪਣੀ ਯੂਨੀਵਰਸਿਟੀ ਆਪਾਂ ਨੂੰ ਜੋ ਪ੍ਰੋਵਾਈਡ ਕਰਾਊਗੀ ਉਹ ਹਜ਼ਾਰ ਸਿੰਗਾਪੁਰ ਡਾਲਰ ਤੋਂ 1200 ਦੇ ਵਿੱਚ ਵਿੱਚ ਪ੍ਰੋਵਾਈਡ ਕਰਵਾਊਗੀ ਠੀਕ ਹੈ ਨਾ ਬਾਕੀ ਆਪਣੇ ਟੈਲੈਂਟ ਤੇ ਡਿਪੈਂਡ ਕਰਦਾ ਵੀ ਆਪਣੇ ਕੋਲ ਟੈਲੈਂਟ ਕਿਵੇਂ ਦਾ ਫਿਰ ਆਪਾਂ ਉਸ ਹਸਾਬ ਨਾਲ ਵੱਧ ਵੀ ਸੈਲਰੀ ਅਰਨ ਕਰ ਸਕਦੇ ਆਪਾਂ ਕਈ ਸਟੂਡੈਂਟਸ ਜਿਹੜੇ ਗਏ ਨੇ ਉਹ 2-2000 ਵੀ ਉੱਥੇ ਅਰਨ ਕਰਦੇ ਨੇ ਠੀਕ ਆ ਨਾ ਕਈ ਪਾਰਟ ਟਾਈਮ ਜੋਬ ਕਰਦੇ ਨੇ ਕਿ ਫੁੱਲ ਟਾਈਮ ਜੋਬ ਕਰਦੇ ਨੇ ਗੱਲ ਕਰੀਏ ਸਟੱਡੀ ਦੀ ਤਾਂ ਸਟੱਡੀ ਉੱਥੇ ਆਪਾਂ ਨੂੰ 5 ਦਿਨ ਕਰਨੀ ਜਿਹੜੀ ਜ਼ਰੂਰੀ ਹੈ ਤੇ ਕਲਾਸਿਸ ਦੀ ਗੱਲ ਕਰੀਏ 2 ਤੋਂ 3 ਘੰਟੇ ਦੀ ਸਿਰਫ ਕਲਾਸ ਹੋਊਗੀ ਉਸ ਤੋਂ ਬਾਅਦ ਜਿਹੜਾ ਸਟੂਡੈਂਟ ਫ੍ਰੀ ਹੈ ਕਿਤੇ ਵੀ ਕੰਮ ਕਰ ਸਕਦਾ ਠੀਕ ਹੈ ਨਾ ਜਾ ਕੇ ਆਪਣਾ ਕੁਝ ਵੀ ਕਰ ਸਕਦਾ ਉਹ ਉੱਥੇ ਕਿਸੇ ਨੂੰ ਮਤਲਬ ਯੂਨੀਵਰਸਿਟੀ ਨੂੰ ਕੋਈ ਲੈਣਾ ਦੇਣਾ ਨਹੀਂ ਸਟੂਡੈਂਟ ਦਾ ਨਾਲ ਸਿਰਫ ਉਹਨਾਂ ਨੂੰ ਕਲਾਸਿਸ ਜ਼ਰੂਰੀ ਹੈ ਜਿਹੜੀਆਂ ਅਟੈਂਡ ਕਰਨੀਆਂ 2 ਤੋਂ 3 ਘੰਟੇ ਕਲਾਸ ਸਟੂਡੈਂਟ ਅਟੈਂਡ ਕਰੇ ਉਸ ਤੋਂ ਬਾਅਦ ਆਪਣਾ ਜਾ ਕੇ ਕੁਝ ਵੀ ਸਟੂਡੈਂਟ ਜਿਹੜਾ ਕਰ ਸਕਦਾ ਤੇ ਬਹੁਤ ਹੀ ਈਜ਼ੀ ਵੇਅ ਹੈ ਮਤਲਬ ਇੱਕ ਜਾਣ ਦਾ ਵਿਦਾਊਟ ਟਾਇਲਰਸ ਆਪਣਾ ਜਾ ਸਕਦਾ ਗੈਪ 10 ਤੋਂ 15 ਸਾਲ ਦਾ ਚੱਲੂਗਾ ਕੋਈ ਇੰਟਰਵਿਊ ਨਹੀਂ ਹੈਗੀ ਇਹਦੇ ਵਿੱਚ ਕੋਈ ਪੁਰਾਣੇ ਫੰਡ ਦਿਖਾਉਣ ਦੀ ਜ਼ਰੂਰਤ ਨਹੀਂ ਹੈਗੀ ਠੀਕ ਹੈ ਨਾ ਤੇ ਵੀਜ਼ਾ ਸਕਸੈਸ ਰੇਟ ਵੀ ਵਧੀਆ ਹੈ ਦੇ ਵਿੱਚ ਠੀਕ ਹੈ ਨਾ ਸੋ ਮਤਲਬ ਤੁਸੀਂ ਆ ਕੇ ਇੱਥੇ ਇੱਕ ਵਾਰ ਮੁਸਾਫਰ ਵਡ ਦੇ ਆਫਿਸ ਤੁਸੀਂ ਆ ਕੇ ਇੱਕ ਵਾਰ ਜਰੂਰ ਮਿਲੋ ਠੀਕ ਹੈ ਨਾ ਇਹਦੇ ਬਾਰੇ ਤੁਸੀਂ ਮੇਰੇ ਨਾਲ ਸਟਾਫ ਨਾਲ ਡਿਸਕਸ ਕਰ ਸਕਦੇ ਹੋ ਇਹਦੇ ਬਾਰੇ ਕੋਰਸਸ ਦੇ ਬਾਰੇ ਵੀ ਜਾਂ ਤੁਸੀਂ ਮਤਲਬ ਕਿਹੜਾ ਕੋਰਸਸ ਤੁਹਾਨੂੰ ਚਾਹੀਦਾ ਜਾਂ ਕੋਈ ਵੀ ਹੋਰ ਤੁਹਾਡੀ ਮਤਲਬ ਅਦਰ ਕੋਈ ਵੀ ਕੰਡੀਸ਼ਨ ਸਾਤ ਤੁਸੀਂ ਆ ਕੇ ਫ੍ਰੀ ਕਾਉਂਸਲਿੰਗ ਲੈ ਸਕਦੇ ਹੋ ਠੀਕ ਹੈ ਨਾ ਇਦਾਂ ਹੀ ਮਿਲਦੇ ਰਹਿਵਾਂਗੇ ਨਵੀਆਂ ਤੋਂ ਨਵੀਆਂ ਵੀਡੀਓ ਲੈ ਕੇ ਤੇ ਨਵੀਂ ਤੋਂ ਨਵੀਂ ਇਨਫੋਰਮੇਸ਼ਨ ਲੈ ਕੇ ਠੀਕ ਹੈ ਨਾ ਤਦ ਤੱਕ ਲਈ ਰੱਬ ਰੱਖਾ ਵਾਇਗੁਰਜੀ ਦਾ ਖਾਲਸਾ ਵਾਇਗੁਰਜੀ ਦੀ ਫਤਿਹ